पीछे कहां पे थी और थी किसी जो बाहों में साहों में थे सा तेरे तू गिर गई निगाहों में सो हैलो दोस्तों की हाल चाल है भाई थोड़े सारे दे होप सो सारे जाने बिल्कुल ठीक होवोगे भाई आज दी वीडियो दे विच आपां जिहड़े गाने ते रिएक्ट करन जा रहे हैं वह गाने का नाम हैगा बस ते इह बस गाना भाई यार जायज़ धम्मी दा जिहड़ा वह गाना आया सीगा हाई नी कसूरे सारा उच्ची अड्डियां दा बहुत टाइम बाद भाई ने गाना कढ़िया गया दुबारे ते नाल करन औजला लगा ते या प्रूफ दा म्यूजिक आ ते देखदे आं भाई किवें हुंदा गाना किवें नहीं ते बहुत उम्मीदां मैनूं इह गाने तों भाई पहलां इह गाना लीक हो गया सीगा ਅਤੇ ਇਸ ਕਰਕੇ ਸ਼ਾਇਦ ਗਾਣਾ ਜਲਦੀ ਕੱਢਤਾ ਇਹਨਾਂ ਨੇ ਅਤੇ ਦੇਖਦੇ ਹਾਂ ਬਾਈ ਗਾਣਾ ਕਿਵੇਂ ਹੁੰਦਾ ਕਿਵੇਂ ਨਹੀਂ ਬਿਨਾਂ ਟਾਈਮ ਖਰਾਬ ਕੀਤੇ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਸੀਕਰਟ ਖੋਲਦੇ ਹੀ ਨਹੀਂ ਬਸ ਮਿੰਟ ਚ ਰੋਲ ਦਵਾਂ ਤੇਰੇ ਆਸ਼ਿਕ ਰੋਲਦੇ ਹੀ ਨਹੀਂ ਬਸ ਘਰੇ ਹੀ ਪਈਏ ਤੇਰੀ ਨਿਸ਼ਾਨੀ ਤੋੜਦੇ ਹੀ ਨਹੀਂ ਬਸ ਪਤਾ ਤਾਂ ਤੇਰਾ ਸਾਨੂੰ ਵੀ ਐ ਬੋਲਦੇ ਹੀ ਨਹੀਂ ਬਸ ਬਸ ਕਿਆ ਹੀ ਬਾਤ ਹੈ ਬਾਈ ਯਾਰ ਕਿੰਨਾ ਮਤਲਬ ਘੈਂਟ ਆ ਬਹੁਤ ਟਾਈਮ ਬਾਅਦ ਬਾਈ ਦੀ ਆਵਾਜ਼ ਸੁਣਨ ਨੂੰ ਮਿਲੀ ਆ ਯਾਰ ਬਹੁਤ ਜ਼ਿਆਦਾ ਘੈਂਟ ਮਤਲਬ ਨਾ ਪੈਰੀ ਜੀ ਆਵਾਜ਼ 'ਚ ਗਾਉਂਦਾ ਗਾ ਬਾਈ ਮਿੱਠੀ ਜੀ ਆਵਾਜ਼ 'ਚ ਹੈ ਨਾ ਪਤਾ ਤਾਂ ਤੇਰਾ ਸਾਨੂੰ ਵੀ ਐ ਬੋਲਦੇ ਹੀ ਨਹੀਂ ਬਸ ਮਤਲਬ ਬਹੁਤ ਜ਼ਿਆਦਾ ਪਿਆਰ ਜੇ ਨਾ ਬੋਲਦਾ ਗਾ ਹੈ ਨਾ ਜੈਸ ਧੰਮੀ ਬਾਈ ਬਹੁਤ ਘੈਂਟ ਗਾਇਆ ਗਾ ਨਾ ਅਤੇ ਦੇਖਦੇ ਅੱਗੇ ਕੀ ਹੁੰਦਾ ਬਾਈ ਗਾਣੇ ਦੇ ਵਿੱਚ ਮਿਊਜ਼ਿਕ ਵੀ ਬਹੁਤ ਸੋਹਣਾ ਯਾਰ ਗਾਣੇ ਦਾ ਇੱਥੇ ਰੱਖ ਕਹਿੰਦਾ ਉਹਦੀ ਵੀ ਇੱਕ ਜੀ ਐੱਫ ਆ ਬੂਏ ਨਵਾਂ ਬੀ ਐੱਫ ਤੇਰਾ ਜੋ ਹੈ ਨਹੀਂ ਸਹੀ ਆ ਸਹੀ ਆ ਸਹੀ ਆ ਸਹੀ ਆ ਸਹੀ ਆ ਐਂ ਹੋਣੀ ਚਾਹੀਦੀ ਆ ਬਣੇ ਮਾਹੌਲ ਇੱਕ ਸੌਲ ਕੁੜੇ ਕਦੇ ਘੁੰਮਦੀ ਫਿਰਦੀ ਗਵਾਨੀ ਤੇਰੀ ਲਿਖਦੀ ਤੇਰੇ ਤੇ ਫਰੋਲਦੇ ਹੀ ਨਹੀਂ ਬਸ ਪਤਾ ਤਾਂ ਤੇਰਾ ਸਾਨੂੰ ਵੀ ਐ ਬੋਲਦੇ ਹੀ ਨਹੀਂ ਬਸ ਬਸ ਰੋਲਸ ਰੋਇਸ ਇੱਥੇ ਰੱਖ ਅੱਜ ਵੀ ਸਾਰਾ ਕੁਝ ਚੱਕੀ ਬੈਠਿਆ ਤਾਂ ਕੰਮ ਬਹੁਤ ਬੜਾ ਕਰੀ ਬੈਠਿਆ ਬਾਈ ਯਾਰ ਬਹੁਤ ਮਤਲਬ ਪੈਸਾ ਪੂਸਾ ਆਇਆ ਵਾਹਵਾ ਲਾਇਆ ਲਾਇਆ ਲੱਗਾ ਵੀਡੀਓ 'ਤੇ ਚਲੋ ਕੋਈ ਗੱਲ ਨਹੀਂ ਬਾਈ ਦੇਖਦੇ ਹਾਂ ਅੱਗੇ ਕੀ ਹੁੰਦਾ ਗਾਣੇ 'ਚ ਤੂੰ ਕੱਲ ਰਾਤ ਕਹਾਂ ਪੇ ਥੀ ਔਰ ਥੀ ਕਿਸੀ ਜ ਬਾਹੋਂ ਮੇ ਸਾਹੋਂ ਮੇ ਥੇ ਸਾ ਤੇਰੇ ਤੂੰ ਗਿਰ ਗਈ ਨਿਗਾਹੋਂ ਮੇ ਭਜਨ ਬੜਾ ਸੀ ਲਾਰਿਆਂ ਦੇ ਵਿੱਚ ਤੋਲਦੇ ਹੀ ਨਹੀਂ ਬਸ ਪੰਜਾਬੀ ਜੋ ਗਿਆ ਬੜਾ ਪੀਣ ਨੂੰ ਕਾਲੇ ਪਈਆਂ ਘੋੜਦੇ ਹੀ ਨਹੀਂ ਬਸ ਇੱਥੇ ਰੱਖ ਕਹਿੰਦਾ ਫੁੱਲਾਂ ਹੱਥਾਂ 'ਚ ਫੁੱਲ ਫੜੇ ਸੀ ਤੂੰ ਅਤੇ ਸੈਰਾਂ 'ਤੇ ਸੀ ਗਹਿਰਾਂ ਦੇ ਨਾਲ ਮੈਨੂੰ ਕਹਿੰਦੀ ਘਰੇ ਸੀ ਤੂੰ ਇੱਥੇ ਰੱਖ ਵੈਸੇ ਬਾਈ ਕਰਨਾ ਹੋਵੇ ਲੈਣੇ ਬਾਈ ਬਹੁਤ ਘੈਂਟ ਮਤਲਬ ਆ ਰੈਪ ਬਹੁਤ ਸੋਹਣਾ ਕੀਤਾ ਹੈ ਨਾ ਮੈਨੂੰ ਪਹਿਲਾਂ ਲੱਗਿਆ ਕਿਤੇ ਸਾਰਾ ਹਿੰਦੀ 'ਚ ਹੋਊਗਾ ਸਟਾਰਟਿੰਗ 'ਚ ਦੋ ਲਾਈਨਾਂ ਹਿੰਦੀ 'ਚ ਗਈਆਂ ਉਦੋਂ ਬਾਅਦ 'ਚ ਪੰਜਾਬੀ 'ਚ ਹੋ ਗਿਆ ਤੇਰਾ ਯਾਰ ਚਲੋ ਕੋਈ ਗੱਲ ਨਹੀਂ ਬਾਈ ਚੱਲਦਾ ਸਿਸਟਮ ਬਹੁਤ ਘੈਂਟ ਸੀਗਾ ਯਾਰ ਸਿਸਟਮ ਅੱਗੇ ਸੁਣਦੇ ਗਾਣਾ ਕਿਆ ਬਾਤ ਆ ਬਾਈ ਬਹੁਤ ਸੋਹਣਾ ਸੀ ਬਾਈ ਬਹੁਤ ਜ਼ਿਆਦਾ ਸੋਹਣਾ ਸੀ ਗਾਣਾ ਅਤੇ ਜਿਹੜਾ ਬਾਈ ਨੇ ਯਾਰ ਗਾਇਆ ਗਾ ਇੰਨੇ ਪਿਆਰ ਨਾਲ ਗਾਇਆ ਯਾਰ ਜੈਸ ਧੰਮੀ ਬਾਈ ਨੇ ਯਾਰ ਗਾਣਾ ਮਤਲਬ ਯਾਰ ਗਾਣਾ ਸੁਣ ਕੇ ਚੰਗੀ ਚੰਗੀ ਜਿਹੀ ਫੀਲਿੰਗ ਆਉਂਦੀ ਸੀਗੀ ਹੈ ਨਾ ਅਤੇ ਬਹੁਤ ਸੋਹਣੀ ਆਵਾਜ਼ ਹੈਗੀ ਯਾਰ ਬਾਈ ਦੀ ਹੈ ਨਾ ਜੈਸ ਧੰਮੀ ਨੇ ਬਹੁਤ ਵਧੀਆ ਗਾਇਆ ਕਰਨ ਔਜਲੇ ਨੇ ਵੀ ਬਹੁਤ ਵਧੀਆ ਗਾਇਆ ਗਾ ਵਿੱਚ ਉਹਦੇ ਅਤੇ ਮਿਊਜ਼ਿਕ ਵੀ ਮਤਲਬ ਯਾਰ ਪੂਰਾ ਘੈਂਟ ਸੀਗਾ ਹੈ ਨਾ ਅਤੇ ਲੱਗਿਆ ਨਹੀਂ ਕਦੇ ਵੀ ਗਾਣੇ ਦੇ ਵਿੱਚ ਵੀ ਯਾਰ ਵੀ ਕਿਸੇ ਚੀਜ਼ ਦੀ ਕਮੀ ਆ ਹੈ ਨਾ ਸਾਰਾ ਕੁਝ ਵਧੀਆ ਸੀਗਾ ਅਤੇ ਬਾਕੀ ਯਾਰ ਲੀਕ ਸੌਂਗ ਹੋ ਗਿਆ ਸੀ ਪਹਿਲਾਂ ਇਹਨਾਂ ਨੇ ਤਾਂ ਜਲਦੀ ਜਲਦੀ ਕੱਢਿਆ ਆਈ ਥਿੰਕ ਬਾਕੀ ਯਾਰ ਇਹਨਾਂ ਦਾ ਪਤਾ ਵੀ ਕੁਛ ਨਹੀਂ ਗਾ ਮਤਲਬ ਲੱਗਦਾ ਵੀ ਯਾਰ ਸਿੰਗਰਾਂ ਦਾ ਕੀ ਕਰਦੇ ਰਹਿੰਦੇ ਆ ਲੀਕ ਹੋ ਗਿਆ
ਕਰਤਾ ਜਾਂ ਕਰਾਤਾ ਜਾਂ ਇਹਨਾਂ ਦਾ ਕੁਛ ਨਹੀਂ ਪਤਾ ਬਾਈ, ਉਹ ਇਹਨਾਂ ਦਾ ਸਿਸਟਮ ਹੈਗਾ ਹੈ ਨਾ, ਪਰ ਕੁੱਲ ਮਿਲਾ ਕੇ ਗਾਣਾ ਵਧੀਆ ਸੀਗਾ ਅਤੇ ਘੈਂਟ ਸੀਗਾ ਗਾਣਾ ਬਾਬਿਓ। ਤੁਹਾਨੂੰ ਗਾਣਾ ਕਿਵੇਂ ਲੱਗਿਆ ਬਾਈ ਉਹ ਵੀ ਕਮੈਂਟਾਂ 'ਚ ਦੱਸਿਓ, ਅਤੇ ਕੀ ਜੀ ਵਧੀਆ ਲੱਗੀ ਗਾਣੇ ਦੀ ਉਹ ਵੀ ਦੱਸਿਓ, ਕੀ ਮਾੜੀ ਲੱਗੀ ਉਹ ਵੀ ਦੱਸਿਓ। ਮਾੜਾ ਤਾਂ ਵੈਸੇ ਮੈਨੂੰ ਤਾਂ ਕੁਛ ਨਹੀਂ ਮਾੜਾ ਲੱਗਿਆ ਯਾਰ, ਗਾਣਾ ਘੈਂਟ ਲੱਗਿਆ ਮੈਨੂੰ ਓਵਰਆਲ, ਅਤੇ ਮੈਂ ਸੁਣਨ ਵਾਲਾ ਵਾਰ ਵਾਰ ਗਾਣੇ ਨੂੰ ਇਹਨੂੰ। ਅਤੇ ਬਾਈ ਇਹ ਸੀ ਸਾਡੀ ਅੱਜ ਦੀ ਵੀਡੀਓ ਬਾਈ, ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਕਰ ਦਿਉ ਲਾਈਕ, ਚੈਨਲ ਨੂੰ ਕਰ ਦਿਉ ਸਬਸਕ੍ਰਾਈਬ, ਨਾਲ ਲੱਗਿਆ ਘੰਟੀ ਦਾ ਬਟਨ ਵੀ ਦੱਬ ਦਿਉ ਤਾਂ ਕਿ ਆਉਣ ਵਾਲੀ ਸਾਡੀ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਸੋ ਥੈਂਕਸ ਫੋਰ ਵਾਚਿੰਗ ਗਾਈਜ਼।